ਹਾਂਜੀ ਹੁਣ ਆਪਾਂ ਗੱਲ ਕਰਦੇ ਸਿੰਮੀ ਚਾਲ ਜੀ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਦਿਲਜੀਤ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਨੇ ਜੀ ਤੁਹਾਡੇ? ਬਹੁਤ ਵਧੀਆ ਜੀ। ਤੁਹਾਨੂੰ ਬਹੁਤ ਬਹੁਤ ਮੁਬਾਰਕਾਂ, ਤੁਸੀਂ ਰੱਬ ਦਾ ਰੇਡੀਓ 2 ਕਰਨ ਜਾ ਰਹੇ ਹੋ। ਥੈਂਕ ਯੂ ਜੀ। ਥੈਂਕ ਯੂ। ਤੇ ਕਿੱਦਾਂ ਦਾ ਮਾਹੌਲ ਆ ਸੈੱਟ ਤੇ? ਬਹੁਤ ਵਧੀਆ। ਲਾਈਕ ਆਲਵੇਜ਼ ਜਸਵੀਰੇ ਹੁਣੀ ਨਾਲ ਕੰਮ ਕਰਕੇ, ਤਰਸੇਮ ਸਰ, ਵੇਲੀ ਜਨਤਾ, ਇਹਨਾਂ ਨਾਲ ਬਹੁਤ ਵਧੀਆ ਲੱਗਦਾ ਹਮੇਸ਼ਾ ਹੀ ਕੰਮ ਕਰਕੇ। ਸੋ ਤਾਂ ਸਟੋਰੀ ਵਧੀਆ ਚੱਲ ਰਹੀ ਹੈ, ਤੇ ਤੁਹਾਡਾ ਕਿੱਦਾਂ ਦਾ ਕਰੈਕਟਰ ਇਹਦੇ ਵਿੱਚ? ਜੀ ਕੁਆਇਟ ਸਿਮਿਲਰ। ਪਤਾ ਮੈਂ ਜੇ ਇੱਕ ਵੀ ਚੀਜ਼ ਦੱਸਤੀ ਤਾਂ ਤੁਹਾਨੂੰ ਪਤਾ ਲੱਗ ਜਾਣਾ, ਪਰ ਸੇਮ ਆ। ਸੇਮ ਆ? ਸੇਮ ਆ। ਹਾਂਜੀ, ਇਸ ਤੋਂ ਅੱਗੇ ਵੀ ਇੱਕ ਹੋਰ ਸੈਂਟੈਂਸ ਮੈਂ ਬੋਲ ਸਕਦੀ ਹਾਂ, ਪਰ ਮੈਂ ਬੋਲੂੰਗੀ ਨਹੀਂ, ਕਿਉਂਕਿ ਨਹੀਂ ਤਾਂ ਮਜ਼ਾ ਜਿਹਾ ਖਤਮ ਹੋ ਜਾਣਾ। ਐਟਲੀਸਟ ਮੈਨੂੰ ਹੁੰਦਾ ਕਿ ਸਰਪ੍ਰਾਈਜ਼ ਫੈਕਟਰ ਬਣਿਆ ਰਹੇ, ਹੈ ਨਾ, ਪਰ ਮੈਂ ਇੰਨਾ ਕਹੂੰਗੀ ਕਿ ਸੇਮ। ਨਹੀਂ, ਤੁਹਾਡੇ ਚਾਹੁਣ ਵਾਲਿਆਂ ਨੂੰ ਹੁੰਦਾ ਵੀ ਕਿਸ ਨਾਮ ਨਾਲ ਬੁਲਾਇਆ ਜਾ ਰਿਹਾ ਤੁਹਾਨੂੰ? ਕਰੈਕਟ। ਗੁੱਡੀ? ਗੁੱਡੀ। ਤੇ ਗੁੱਡੀ ਕਿੱਦਾਂ ਦੀ ਹੈ ਫਿਲਮ ਦੇ ਵਿੱਚ? ਨਟਖਟ ਜੀ ਆ ਜਾਂ ਜਿੱਦਾਂ ਜਿੱਦਾਂ ਗੁੱਡੀ 1 ਸੀ ਉਦਾਂ ਹੀ ਗੁੱਡੀ 2? ਅੱਛਾ, ਬੜਾ ਸਸਪੈਂਸ ਰੱਖਦਾ ਸਰ ਯਾਰ ਤੁਸੀਂ। ਤੇ ਹੋਰ ਕੋਈ ਯਾਦਗਾਰ ਸਾਡੇ ਦਰਸ਼ਕਾਂ ਨੂੰ ਤੁਸੀਂ ਸਾਂਝੀ ਕਰਨਾ ਚਾਹੁੰਦੇ ਹੋ ਇਹ ਸੈੱਟ ਦੀ? ਨਹੀਂ ਜੀ, ਯਾਦਗਾਰ ਮਤਲਬ ਓਬਵੀਅਸਲੀ ਯਾਦ ਤਾਂ ਹੈ ਵੀ ਹੁਣ ਚੱਲ ਹੀ ਰਿਹਾ ਸ਼ੂਟ, ਹਜੇ ਅੱਧਾ ਕੁ ਸ਼ੂਟ ਹੋਇਆ ਅਤੇ ਅੱਧਾ ਹਜੇ ਬਾਕੀ ਆ। ਅਤੇ ਐਵਰੀ ਡੇ ਇਜ਼ ਸੋ ਲਵਿੰਗ, ਇਟ ਸੋ ਇਟ ਮਤਲਬ ਇੰਨਾ ਪਿਆਰ ਨਾਲ ਭਰਿਆ ਹੁੰਦਾ ਨਾ। ਕਈ ਸੈੱਟ ਹੁੰਦੇ ਨੇ ਜਿੱਥੇ ਤੁਹਾਡਾ ਭੱਜ ਕੇ ਜਾਣ ਨੂੰ ਜੀ ਕਰਦਾ, ਹੈ ਨਾ, ਜੋ ਤੁਸੀਂ ਸਵੇਰੇ ਉੱਠਦੇ ਹੋ ਤੁਸੀਂ ਐਕਸਾਈਟਡ ਹੁੰਦੇ ਹੋ, ਸੋ ਦਿਸ ਇਜ਼ ਵਨ ਆਫ ਦੋਜ਼ ਸੈੱਟਸ। ਤਾਂ ਇੱਦਾਂ ਹੁੰਦਾ ਕਿ ਚਲੋ 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 ਕੰਮ 'ਤੇ ਚਲੋ ਛੇਤੀ। ਇੱਥੇ ਸੈੱਟ 'ਤੇ ਸਭ ਤੋਂ ਨਟਖਟ ਕਿਹੜਾ ਕਰੈਕਟਰ ਜਿਹਦਾ ਤੁਸੀਂ ਨਾਮ ਲੈਣਾ ਚਾਹੁੰਦੇ? ਮੈਂ ਹੀ ਅਵਸਥਾ, ਜੇ ਤੁਸੀਂ ਕਿਸੇ ਤੋਂ ਵੀ ਪੁੱਛੋਗੇ ਇਹੀ ਮਿਲੂਗਾ। ਅਤੇ ਬਾਕੀ ਸਾਡੀ ਜਿਹੜੀ ਪ੍ਰੋਡਕਸ਼ਨ ਟੀਮ ਆ, ਜਿਹੜੇ ਵਿਰਾਸਤ ਵਾਲੇ ਨੇ, ਉਹਨਾਂ ਦੇ ਹੈਗੇ ਨੇ ਬਹੁਤ ਸਾਰੇ ਲੋਕ ਜਿਹੜੇ ਸਾਰੇ ਨਟਖਟ ਨੇ। ਇੱਕ ਉਹਨਾਂ 'ਚੋਂ ਹੈ ਹੈਰੀ ਕੱਤਰ ਤਾਲੀ ਜੀ, ਸੂਬੇਦਾਰ ਜੀ, ਸਾਰੇ ਮਤਲਬ ਦੇ ਆਰ ਵੈਰੀ ਫਨ ਐਂਡ ਦੇ ਇੱਕ ਤਾਂ ਇਹ ਹੈ ਨਾ ਵੀ ਉਹ ਫੈਮਿਲੀ ਵਾਂਗੂ ਸਾਰੇ ਕੰਮ ਕਰਦੇ ਨੇ, ਫਿਰ ਇੱਦਾਂ ਲੱਗਦਾ ਨਹੀਂ ਵੀ ਕੁਛ ਫਾਰਮੂਲਾ। ਐਵਰੀ ਵਨ ਇਜ਼ ਅ ਫੈਮਿਲੀ ਹੀਅਰ, ਸੋ ਸਾਰੇ ਭੈਣ ਭਰਾ ਸਾਰੇ ਮਿਲ ਕੇ ਇਕੱਠੇ ਕੰਮ ਕਰਦੇ ਹਾਂ। ਅਤੇ ਕਿੱਦਾਂ ਹੈ ਸਟੋਰੀ ਉਹਦਾ, ਫੈਮਿਲੀ ਮੈਟਰ 'ਤੇ ਸਾਰੀ ਸਟੋਰੀ? ਹਾਸਾ ਠੱਠਾ ਵੀ ਹੈਗਾ ਜਾਂ ਸੀਰੀਅਸ ਪੈਟਰਨ 'ਤੇ? ਜਿੱਦਾਂ ਦੀ ਪਹਿਲੀ ਸੀ ਸਾਰਾ ਕੁਛ ਪਹਿਲੇ ਵਰਗਾ। ਚਲੋ ਆਪਣੇ ਦਰਸ਼ਕਾਂ ਨੂੰ ਦੇਖੋ, ਆਪਾਂ ਆਪਣੇ ਵੱਲੋਂ ਟਰਾਈ ਕਰ ਰਹੇ ਹਾਂ ਵੀ ਜਿੰਨਾ ਪਿਆਰ ਪਹਿਲੀ ਮੂਵੀ ਨੂੰ ਪਹਿਲੇ ਪਾਰਟ ਨੂੰ ਮਿਲਿਆ ਸੀ ਓਨਾ ਹੀ ਇਹਨੂੰ ਮਿਲੇ, ਅਤੇ ਬਾਕੀ ਜੀ ਦਰਸ਼ਕਾਂ ਦੇ ਤੁਹਾਡੇ ਸਾਰਿਆਂ 'ਤੇ ਆ ਵੀ ਕਿੰਨਾ ਮਿਲੂਗਾ ਓਨਾ ਆ, ਉਸ ਤੋਂ ਵੱਧ ਬਸ ਘੱਟ ਨਾ ਦਿਓ। ਅਤੇ ਦਰਸ਼ਕਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਇਸ ਮੂਵੀ ਲਈ? ਫੈਮਿਲੀ ਮੂਵੀ ਆ ਟੋਟਲੀ, ਜਿੱਦਾਂ ਇਮੋਸ਼ਨਸ ਜੁੜੇ ਹੋਏ ਸੀ ਪਹਿਲੀ ਮੂਵੀ 'ਚ, ਉੱਦਾਂ ਹੀ ਦੂਜੀ 'ਚ ਨੇ ਜੀ ਪੂਰੇ। ਅਤੇ ਫੈਮਿਲੀ ਨਾਲ ਜਾਓ, ਦੇਖ ਕੇ ਆਓ, ਇੰਜੋਏ ਕਰੋ, ਬਸ ਬਸ ਐਂਟਰਟੇਨਿੰਗ ਐਂਡ ਤੁਹਾਨੂੰ ਆਪਣੇ ਘਰ ਦੀ ਯਾਦ ਆਊਗੀ ਬਸ। ਅਤੇ ਗੁੱਡੀ ਜੀ ਦਾ ਤਰਸੇਮ ਜੱਸੜ ਜੀ ਲਈ ਕੀ ਕਹਿਣਾ? ਗੁੱਡੀ ਜੀ ਦਾ ਇਹ ਕਹਿਣਾ ਵੀ ਅੱਜ ਕੱਲ੍ਹ ਮੈਨੂੰ ਰੋਜ਼ ਭਿੰਡੀ ਮਿਲ ਰਹੀ ਆ, ਤਾਂ ਤਰਸੇਮ ਸਰ ਥੈਂਕ ਯੂ ਸੋ ਮਚ, ਰੋਜ਼ ਇੱਦਾਂ ਹੀ ਭਿੰਡੀ ਭੇਜਦੇ ਰਿਹਾ ਕਰੋ।